मिट्ठू मैं मिट्ठू जगारी थोड़े सारे पिंड की एक एक इट बिच के खा जावगा एहोजा जगाड़ लाऊ कि थोड़िया सारिया बुढ़िया बार्डर ते वेच आउणगियां। पूरे देश दे विच 135 करोड़ की आबादी आ जिनू घट करने लिए मैं नसबंदी करावगा तो एक एक खेस से 1100 रुपया दवाऊंगा। ओहो जमा सुपने चाहिए वे कम कर सकता है तो हकीकत क्यों नहीं। मैनू लगता मिठू सिया कोई ना कोई जगाल लाना पैना एवें थोड़ी मैनू कहते मिठू जगाड़ी। आ जा फिर कोई गल नहीं मैं तो ला दू। बाबा तू बड़ी चंगी कीती मेरे नाल सारी नकली नोट दे गया तू मैनू। वो तो मैनू बाद च पता लगा भी जो दुकान वाले ने मैं धक्के मार के बाहर कढ दिता। शुकरे तेरे छित्र नहीं पाए आपां नूं इह सारे नकली दे गया। बैठी रही जो वेखो कम की ना कार दी जो देखो फोन हाथ जो देखो तुम्हें लगे सची पछता रही है रिश्ता लैके अपने मुंडे का कहो जी पले पै गई मेरे बस कोई कम है नहीं कर लै हूँ कुछ बैठी हुई है कपड़े धोन वाले पे है भांडे मांजन वाले पे है रोटियां तेरी माँ पकाएगी आके जो देखो मुँह चक के इधर तुर पी उधर तुर पी कम कर दा कोई नाम ही नहीं गा पता नहीं कहो जी है उन्होंने पले पै गई मेरे किथे दिमाग खराब किया इस जनानी ने मेरा यह जी ससा तो किसी के होने ही ना दिमाग घर खराब किया पै गया इन्हें तो मेरा कोई आन दे पुत नूं फिर दसूंगी मैं पता यहोजा घुग्गा साफ करूंगी ना सारी उम्र याद रखूंगी यह मेरा देखूंगी अज कि जाके आऊंगी मैं देखी जाई तेरा लाजम है कर दी टीका लवा के लिया आया नहीं मैं राजपुरा की फैक्ट्री तोर दू तुरया ਲਵਾ ਦੇ ਕੋਈ ਅੱਜ ਸਕੀਮ ਸਕੂਲ ਮੈਂ ਤੇਰੇ ਦਸਾਂ ਦਾ ਪ੍ਰਸ਼ਾਦ ਚੜਾ ਉਹ ਮੂੰਹ ਤੋਂ ਨਿਕਲ ਗਿਆ 100 ਰੁਪਏ ਦਾ ਅੱਜ ਫਿਰ ਚਲਦੇ ਅੱਗੇ ਲੈ ਆਓ ਲੈ ਕੱਚੀ ਲਾਇ ਦੇ ਤੇ ਪਾਉਂਦੇ ਸਕੀਮ ਜੈ ਬਾਬਾ ਦਾ ਘਟਾ ਦੇ ਕਰੀ ਤੇ ਹਲਪ ਕੀ ਹਾਲਾ ਬਾਈ ਉਹ ਕੁਝ ਨਹੀਂ ਬਾਈ ਯਾਰ ਦੇਖ ਬਾਈ ਬੰਦਾ ਬੰਦੇ ਦੇ ਕੰਮ ਹੀ ਆਉਂਦਾ ਜੇ ਮੈਨੂੰ ਸਾਰੀ ਗੱਲ ਤੂੰ ਸਮਝਾ ਲੂੰਗਾ ਫਿਰ ਮੈਂ ਤੇਰਾ ਸਲੂਸ਼ਨ ਵੀ ਕੱਢ ਦੂੰਗਾ ਕੋਈ ਉਹ ਸਾਡੀ ਤਾਂ ਯਾਰ ਕੱਟੀ ਬਿਮਾਰ ਹੋਈ ਪਈ ਆ ਇਹਦੇ ਤੋਂ ਤੱਕ ਨਾ ਸਾਡੇ ਘਰ ਦੇ ਵੀ ਪਰੇਸ਼ਾਨ ਹੋਏ ਪਏ ਨੇ। ਅੱਛਾ ਉਹ ਗੱਲ ਛੋੜ ਮੇਰੇ ਕੋਲ ਇੱਕ ਰਾਹ ਹੈਗੀ ਆ ਤੇਰੀ ਕੱਟੀ ਵਾਸਤੇ ਵੀ। ਹਾਂ ਦੱਸ ਬਾਈ। ਉਹ ਇਦਾਂ ਹੈਗੀ ਆ ਵੀ ਕਹਿੰਦਾ ਮਤਲਬ ਮੈਂ ਜਿਹੜਾ ਹੈਗਾ ਹਿਮਾਚਲ ਦੇ ਵਿੱਚ ਮੈਂ ਤੇਰੀ ਕੱਟੀ ਦਾ ਵੀ ਇਲਾਜ ਕਰਵਾ ਦੂਗਾ ਤੇ ਤੁਹਾਡੇ ਘਰ ਦਾ ਇਲਾਜ ਵੀ ਕਰਵਾ ਦੂਗਾ ਪਰ ਇੱਕ ਮੇਰੀ ਸ਼ਰਤ ਹੈ। ਉਹ ਸਾਨੂੰ ਤਾਂ ਤੇਰੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਨੇ। ਸ਼ਰਤ ਹੈ ਇਦਾਂ ਹੈਗੀ ਆ ਵੀ ਜਿਹੜਾ ਸਮੱਗਰੀ ਦਾ ਜਿਹੜਾ ਕੰਮ ਧੰਦਾ ਹੁੰਦਾ ਉਹ ਤਾਂ ਤੈਨੂੰ ਪਤਾ ਵੀ ਮੈਂ ਤਾਂ ਹੈਗਾ ਪਰ ਮੈਂ ਬੁੱਧੂ ਜਿਹਾ ਹੈਗਾ ਬੰਦਾ ਮੇਰੇ ਕੋਲ ਤਾਂ ਕੋਈ ਪੈਸੇ ਤਾਂ ਨਹੀਂ ਮੇਰੇ ਕੋਲ ਤਾਂ ਕੱਲਾ ਆਉਣ ਜਾਣ ਦਾ ਖਰਚਾ ਤੇ ਰਹੀ ਗੱਲ ਤੇਰੇ ਘਰਦਿਆਂ ਦੀ ਤੇ ਤੇਰੇ ਕੱਚੀ ਦੀ ਉਹ 1100 ਰੁਪਇਆ ਮੈਨੂੰ ਇੱਕ ਦੇ ਦੀ ਤੇ ਰਹੀ ਗੱਲ ਸਮੱਗਰੀ ਦੀ ਇਹ ਸਮੱਗਰੀ ਕੀ ਹੁੰਦੀ ਆ ਬਾਈ ਸਮੱਗਰੀ ਦੇ ਵਿੱਚ ਹੈਗਾ ਨਾਰੀਅਲ ਖੋਪਾ ਤੇ ਹੋਰ ਕਈ ਚੀਜ਼ਾਂ ਮਿਸ਼ਰੀਆਂ ਆ ਗਿਆ ਉਹ ਸਾਰਾ ਕੁੱਲ ਮਿਲਾ ਕੇ 11-12 ਹਜ਼ਾਰ ਰੁਪਇਆ ਬਣ ਜਾਣਾ ਉਹ ਮੈਨੂੰ ਦੇ ਦੀ
ਮਲੰਗ ਵੀ ਪਿੰਡੂ ਵੇਖੂਗਾ ਕੋਈ ਕੱਟਾ ਵਿੱਚ ਮੱਝ ਵਿੱਚ ਸਾਰਾ ਕੁਛ ਵੇਚ ਆਹ ਕਿਹੜੇ ਆਉਂਦੇ ਆਏ ਉਸਤਾਦ ਹੈ ਆਹ ਕੱਟੀ ਕਿਹਨੂੰ ਗਧੇ ਨੂੰ ਲੈ ਜਾਂਦੀ ਹੈ ਉਹ ਅੱਖਾਂ ਕੇ ਚੱਚ ਬਚਨ ਮੇਰੀ ਕੱਟੀ ਨਹੀਂ ਤੂੰ ਗਧਾ ਕਹੀ ਜਾਂਦਾ ਉਹ ਮੈਂ ਤਾਂ ਕੱਟੀ ਨੂੰ ਕਹਿੰਦਾ ਅਰੇ ਰੱਬਾ ਅਬੀ ਸੀ ਗੱਲ ਕਰਦੇ ਮੈਂ ਡਰ ਲੱਗਦਾ ਹੈ ਤਾਂ ਪਤਾ ਲੱਗਦਾ ਦਾ ਨਾ ਨਾ ਉਹ ਆਹ ਕਿਹੜੇ ਦਾ ਚੈਨਲ ਖੋਲ ਦਿੱਤਾ ਉਹ ਚੱਡੀ ਉਸਤਾਦ ਤੈਨੂੰ ਕਿੰਨੇ ਵਾਰੀ ਕਿਹਾ ਮੈਂ ਮੇਰਾ ਨਾਂ ਚੱਟੀ ਨਹੀਂ ਮੇਰਾ ਨਾਂ ਜੱਗੀ 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 ਹੈ ਚੱਕੋ ਐ ਬੁਲੇ ਨੂੰ ਤਾਂ ਬੁਲੇ ਦੀ ਚੱਟੀ ਨੂੰ ਆਪਣੇ ਡੇਰੇ ਤੇ ਲੈ ਚੱਲੋ ਐ ਕਿਵੇਂ ਲੈ ਜਾਊਗਾ ਮੈਂ ਤਾਂ ਡਾਕਟਰ ਕੋਲੇ ਲੈ ਕੇ ਚੱਲਿਆ ਸੀ ਇਹਨੂੰ ਇਹ ਦੇ ਅੰਦਰ 5 ਤੋਲਿਆਂ ਦੀ ਛਾਪ ਆ ਜਦੋਂ ਮੈਂ ਦਾਣਾ ਚਰਾਉਂਦਾ ਸੀ ਮਰੀ ਨੂੰ ਕੋ ਲਾ ਕੇ ਡੱਕ ਪੇ ਮੈਨੂੰ ਪੱਕਾ ਸ਼ੱਕ ਆ ਵੀ ਇਹੀ ਖਾ ਗਿਓ ਨਹੀਂ ਇਹ ਉਸਤਾਦ ਆਪਾਂ ਕੱਟੀ ਲੈਣੀ ਹੈ ਲੈ ਲੈ ਬੁਲੇ ਦੀ ਚੱਟੀ ਲੈ ਲੈ ਵੀ ਮਿੱਠੂ ਸਿਆ ਮੈਨੂੰ ਲੱਗਦਾ ਲੱਗ ਗਿਆ ਜਗਾੜ ਇਹ ਵੀ ਫਸ ਗਿਆ ਜਿਵੇਂ ਪਹਿਲਾਂ ਫਸਾਇਆ ਸੀਗਾ ਮੈਂ ਚੱਲ ਕੋਈ ਨਹੀਂ ਦੇਖਦੇ ਆ ਫਿਰ ਐਂ ਕਿਵੇਂ ਲੈ ਜਾਊਂਗੇ ਬੁਲਿਆ ਤੈਨੂੰ ਸਾਡੇ ਤੋਂ ਡਰ ਨਹੀਂ ਲੱਗਦਾ ਕਿ ਕੱਡਾ ਦੋ ਨੰਬਰ ਵਾਲਾ ਤੈਨੂੰ ਪਤਾ ਇਹ ਤਾਂ ਥੇ ਦੋਲੀਆਂ ਪੈਂਦੀਆਂ ਅਤੇ ਮੈਂ ਨੱਤ ਭੁਗਤ ਕੇ ਇਹਨੂੰ ਡਾਲਾ ਪਾ ਦਿੰਦਾ ਡਾਲਾ ਪਹਿਲਾਂ ਤੇਰੇ ਮਲ ਢਿੱਡ ਤੇ ਅਤੇ ਦੂਜੀ ਡੋਲੀ ਮਾਰਨੀ ਤੇਰੀ ਟੱਟੀ 'ਤੇ ਮੇਰੇ ਭਲਾ ਦੀ ਗੋਲੀ ਮਾਰ ਦੇ ਮੇਰੀ ਟੱਟੀ ਨੂੰ ਹੱਥ ਨਾਲ ਲਾਇਓ ਬੁੜਿਆ ਤੂੰ ਉਸਤਾਦ ਦੀ ਨਕਲ ਕਰਦਾ ਉਸਤਾਦ ਦੀ ਨਕਲ ਨਹੀਂ ਕਰਦਾ ਮੈਨੂੰ ਤਾਂ ਤੂੰ ਏਡੇ ਏਡੇ ਵੱਡੇ ਗਰਾਸੇ ਦੀ ਸੌਣ ਲੱਗ ਗਈ ਮੇਰੀ ਤਾਂ ਜ਼ਬਾਨ ਪਲਟ ਗਈ ਨਕਲ ਤਾਂ ਮੈਂ ਕਰਦੀ ਵੀ ਨਹੀਂ ਆ ਪਰ ਕਰ ਜਿਹੜੀ ਦਿੰਦਾ ਭੁੱਲ ਉਸਤਾਦ ਕਿੰਨੇ ਪੈਸੇ ਤੇਰੇ ਕੋਲ ਉਹ ਤੱਦੀ ਮੇਰੇ ਥਾਲੇ ਪੈਸੇ ਆਏ ਆ ਮੇਰੇ 250 ਰੁਪਿਆ ਮਲੰਗ 250 ਰੁਪਿਆ ਥਾਂ ਮਾਰ ਤੇ ਆ ਇੱਕ ਬੋਤਲ ਜਿੰਨਾ ਹੈ 5000 ਤੇ ਆਏ ਇਹ ਤਾਲੇ ਤੋਂ ਪੈਸੇ ਲੈ ਲਾ ਇਹ ਹੀ ਤਾਲੇ ਬੋਲੀ ਜਾਂਦਾ ਇੱਥੇ ਤੋਂ ਲੈ ਸਾਲੇ ਤੋਂ ਆਏ ਪੈਸੇ ਤਾਂ ਹੈ ਨਹੀਂ ਹੋਰ ਲੈਣਾ ਤਾਂ ਲੈਣਾ ਕੁਝ ਹੋਰ ਤੇਰੀ ਗਾਤਾ ਲਾ ਤੂੰ ਥਾ ਉਹ ਤੱਦੀ ਛੇਤੀ ਲਿਆ ਪੈਸੇ ਫਲਾ ਕੇ ਆਏ ਓਏ ਉਹ ਮੈਂ ਹੁਣ ਕੱਟੀ 5000 ਪੁਲਾ ਪੂਰਾ 5000 ਆ ਬੁੜਿਆ ਗਿਣ ਲਾ ਮੈਂ ਤਾਂ ਮੈਂ ਨਹੀਂ ਦਿੰਦਾ ਕੱਟੀ ਕੁੱਟੀ ਆਪਣੀ ਤੁਸੀਂ ਆਪਦਾ 5000 ਰੁਪਇਆ ਮੰਗੜਾਸਾ ਦਿੰਦਾ ਗੁੱਸਾ ਆਏ ਚਲ ਗੁੱਸਾ ਕਰਦਾ ਹੁੰਦਾ ਫਿਰ ਲੈ ਜਾ ਫਿਰ ਆਲੇ ਬਾਅਦ ਚ ਨਾ ਕਹੀਏ ਹਲ ਕੱਟੀ ਹਾਂ ਲੈ ਬਈ ਮਿੱਠੂ ਜਗਾੜੀ ਮੈਨੂੰ ਫਿਰ ਕਿਹਨੇ ਕਹਿਣਾ ਮਿੱਠੂ ਜਗਾੜੀ ਲਾਟਾ ਜਗਾੜ ਫਿਰ ਬਾਪੂ ਦੀ ਕੌਣ ਡੱਗ ਪਿਛਗੀ ਬਾਪੂ ਪਰ ਉੱਠ ਕੇ ਖੜਾ ਹੋ ਜਾਂਦਾ ਵੇ ਫੋਲਡ ਵੇ ਉਹ ਤਾਂ ਮੇਰਾ ਪੱਲੀ ਚ ਪੈਰ ਅੜ ਗਿਆ ਸੀ ਵੇ ਮੈਂ ਕਿਹੜਾ ਜਾਣ ਕੇ ਡਿੱਗੀ ਜਾ ਪੂ ਵਾਸਤੇ ਪਾਣੀ ਲੈ ਕੇ ਆ ਨੀ ਪੂ ਆਹ ਕੀ ਕਰੀਆਂ ਨਹੀਂ ਐ ਬੰਦਾ ਬੜਾ ਚੰਗਾ ਸੀ ਹਾਂਜੀ ਆਪਣੇ ਡੇਰੇ ਤੇ ਵੀ ਆਉਂਦਾ ਰਿਹਾ ਹਾਂਜੀ ਹਾਂਜੀ ਪਰ ਮਰਨ ਲੱਗੇ ਨੇ ਪਤੰਦਰ ਨੇ ਦੱਸਿਆ ਹੀ ਨਹੀਂ ਬਹੁਤ ਮਾੜਾ ਕੰਮ ਹੋਇਆ ਵੀ ਬਹੁਤ ਮਾੜਾ ਕੰਮ ਹੋਇਆ ਇੱਕ ਤਾਂ ਮੇਰੇ ਸਾਲੇ ਦੀ ਗਰਮੀ ਬਾਹਲੀ ਆ
बहुत गर्मी है, बहुत गर्मी है। जा मुझे ठंडा थार पानी ले गया, मेरे तो आद संग सुक गया, सारा पिंड बनना पा। मेरे कड़ा घर की हैगी जी शाम लत्तां घुट जूगी, उठ खड़ होने जेने तो बनना से मर गया, हूँ तू थोड़ी बाहो फिरे। बंदा बहुत चंगा सीगा, पर नाम सीगा मेरे बाई का सुचा, पर सारे पिंड की जूठ माजदा सीगा। बच्चा मैनू लगता है कोई जुगाड़ लाउण आया। हाँ जी बाबा जी सही गल है, ता ही तो सारे नू मिठू जुगाड़ी कहते हैं, इत्थे भी कोई जुगाड़ ही लाउण आया होगा। ਮੇਰਾ ਤਾਂ ਗਲੇ ਲੱਗਣ ਨੂੰ ਜੀ ਕਰਦਾ ਬਾਈ, ਉੱਠ ਖੜ, ਹਾਏ ਮੇਰੇ ਬਾਈ ਦਾ ਪਿਆਰਾ ਹੱਥ। ਚੱਲ ਉੱਠ ਖੜੋ, ਹੁਣ ਟਾਈਮ ਬਾਹਲਾ ਹੋ ਗਿਆ, ਲੈ ਚੱਲੋ ਸੰਸਕਾਰ ਨੂੰ। ਹੁਣ ਤਾਂ ਬਹੁਤ ਮਾੜਾ ਕੰਮ ਹੋ ਗਿਆ ਹੈ ਬਾਬਾ, ਪਾਣੀ ਡਫਲਾ ਮੁੰਡਿਆ, ਮੇਰੇ ਤੋਂ ਕਿੱਥੇ ਡੱਫਾ ਜਾਣਾ ਪਾਣੀ, ਮੇਰੇ ਤੋਂ ਤਾਂ ਪਤਾ ਨੀ ਢਿੱਡ ਚ ਕੀ ਗੁਰਨਾ ਖੜਾ। ਮੈਂ ਚੰਗਾ ਪਰ ਮੈਂ ਤਾਂ ਜਾਂਦਾ। ਤੈਨੂੰ ਕੀ ਹੋ ਗਿਆ? ਮੈਂ ਤਾਂ ਆਪਣਾ ਬਹੁਤ ਵੱਡਾ ਘਾਟਾ, ਉਂਗਲ ਤੋਂ ਬਿਨਾਂ ਮੋਬਾਈਲ ਨਹੀਂ। ਬਈ ਕਰ ਰਹੇ ਹੋ ਬਈ, ਇਹ ਭੋਲੇ ਬਦਮਾਸ਼ ਦਾ ਢਈਆ। ਹਾਏ ਵੇ ਜ਼ਾਲਮਾ, ਸੱਚ ਬੋਲਿਆ ਹੈ ਵੇ ਤੂੰ? ਹਾਂ ਵੇ, ਭੋਲੇ ਬਦਮਾਸ਼ ਦਾ ਢਾ ਤੇ। ਓਏ ਦੱਸ, ਮੈਂ ਭੋਲੇ ਬਦਮਾਸ਼ ਨੂੰ ਮਿਲਣਾ ਸੀਗਾ। ਬੇ ਆ ਜਾ, ਮੈਨੂੰ ਤਾਂ ਮਿਲਣਾ ਵੀ ਪਹਿਲਾਂ। ਭੋਲੇ ਦੀਆਂ ਗੱਲਾਂ ਕਿਹੜੀਆਂ ਕਰਨੀਆਂ ਸਾਰਾ ਦਿਨ? ਵੀ ਆ ਜਾ ਵੀ, ਮੈਨੂੰ ਤਾਂ ਮਿਲਣਾ ਵੇ। ਉਹ ਪਰੇ ਆਟ, ਮੈਂ ਭੋਲੇ ਬਦਮਾਸ਼ ਨੂੰ ਮਿਲਣਾ, ਜਨਾਨਾ ਹੈ ਜਾਂ ਨਾ ਹੁੰਦਾ? ਆਹ ਜਨਾਨਾ ਜਾਂ ਕਿਹਨੂੰ ਚੱਕੀ ਆਉਂਦਾ? ਧੀ ਪਤਾ ਨਾ ਮੈਨੂੰ ਮੇਰੇ ਕਿਤੇ ਕਰ ਪਏ ਨਹੀਂ, ਜਿਹੜਾ ਕੋਈ ਮੈਨੂੰ ਚੱਕ ਲੇ ਪੂਰਾ ਦੀ ਪੁੜੀ ਨੂੰ। ਰੱਬ ਚੱਕੂਗਾ, ਇਹਨੂੰ ਅਸੀਂ ਚੱਕ ਲਾਂਗੇ। ਰੱਬ ਨਾ ਇੰਨਾ ਜ਼ੁਲਮ ਨਾ ਕਰੋ ਵੇ, ਹਾਏ ਮੇਰੀ ਜਵਾਨੀ ਰੁਲਜੂ ਵੇ ਇਹਦੇ ਬਿਨਾਂ ਵੇ। ਬਈ ਕਿਵੇਂ ਆਇਆ? ਬਈ ਮੈਂ ਕਬਜ਼ਾ ਲੈਣ ਆਇਆ। ਹਾਏ ਵੇ, ਕਬਜ਼ਾ ਲੈਣ ਆਇਆ? ਮੇਰਾ ਵੀ ਕਬਜ਼ਾ ਲੈਣਾ। ਕਬਜ਼ਾ ਤਾਂ ਲੈਣਾ ਹੈ, ਤੁਹਾਡੇ ਲੇਟ ਦਾ ਪਤਾ ਕਿੰਨਾ? ਦੱਸਣੀ 100,000 ਰੁਪਈਆ ਲੱਗੂਗਾ, ਅਤੇ 20,000 ਰੁਪਈਆ ਐਡਵਾਂਸ ਚਾਹੀਦਾ ਸਾਨੂੰ। ਠੀਕ ਹੈ ਜੀ, ਅਤੇ ਮੈਂ 10,000 ਰੁਪਈਆ ਲੈ ਕੇ ਆਇਆ ਜੀ ਕੱਲ੍ਹ। ਠੀਕ ਆ, 10 ਹੀ ਦੇ ਦਾ ਫਿਰ, ਬਾਕੀ ਫਿਰ ਇੱਥੇ। ਠੀਕ ਹੈ, ਲੈ ਦਿੰਦੇ ਆ ਕਬਜ਼ਾ ਤੈਨੂੰ। ਉਹ ਪਰਦੇ ਨਾ ਫੜਾ ਦੇ, ਪਰਦੇ ਨਾ। ਦੱਤ ਬਾਈ ਤੇਰੀ ਕਿੱਥੇ ਜ਼ਮੀਨ ਆ ਬਾਈ? ਮੇਰੇ ਰੱਖੇ ਤਾਂ ਕਬਜ਼ਾ ਲੈਣਾ। ਲੈ ਲਾ ਇਹ ਫਿਰ, ਤੁਹਾਨੂੰ ਕਿਹਨੇ ਭੋਲਾ ਬਦਮਾਸ਼ ਕਹਿਣਾ? ਉਹ ਹੀ ਕਹਿੰਦੇ ਆ ਮੇਰਾ ਵੀ ਕੋਈ ਕਬਜ਼ਾ ਲੈਣਾ। ਉਸਤਾਦ 500 ਰੁਪਈਆ ਤਾਂ ਦੇ ਦੇ, ਤੂੰ ਤੀ ਤੱਲਾ ਪੰਥ ਹੋਣ। ਓਏ ਆਪਾਂ ਉਸਦਾ ਬਦਮਾਸ਼ ਵੱਜਦੇ ਹਾਂ, ਪਰ ਖੰਡ ਚਾਹ ਮੁੱਕਿਆ ਪਿਆ ਆਪਣੇ। ਖੰਡ ਤਾਂ ਮੁੱਕਿਆ ਪਿਆ ਤੇ ਫਿਰ ਤੁਹਾਡਾ ਤਾਂ ਮੁੱਤੇ ਹੀ ਰਹਿੰਦਾ ਹੁੰਦਾ। ਸਾਨੂੰ ਵੀ ਪਾਣੀ ਪਿਲਾ ਦੋ ਕਦੇ। ਮੈਂ ਵੀ ਘੁੱਟ ਪਾਣੀ ਪੀ ਲਾਂ, ਗੁੱਸਾ ਤਾਂ ਨਹੀਂ ਕਰਦਾ।
ਤੇ ਤੂੰ ਘੁੱਟ ਪਾਲਾ ਇੱਥੇ ਕਿਹੜਾ ਦਲਿਆ ਸੁੱਕੀ ਜਾਂਦਾ ਹਾਏ ਵੇ ਮੇਰੇ ਤੋਂ ਵੀ ਪਾਣੀ ਪੀ ਲਓ ਮੈਂ ਇਹ ਕਿਹੜਾ ਤੁਹਾਨੂੰ ਜ਼ਹਿਰ ਪਿਉਣੀ ਆ ਹਾਏ ਪਣਾਵਾ ਪਾਣੀ ਉਸਤਾਦ ਮੈਨੂੰ ਘੁੱਟ ਪਿਆ ਪੀ ਲੈਂਦੇ ਪਾਣੀ ਨਾ ਪੀ ਲਿਆ ਹੁਣ ਬਲੈਸ਼ ਦੀ ਵੱਡੇ ਬੰਦੇ ਸੀ ਚੁੱਪ ਕਰ ਬੰਦੇ ਸਾਲਾ ਕਲਾਨਾ ਨਾ ਨਾ ਵੇ ਨਾ ਸਾਰਾ ਦਿਨ ਜਨਾਨੀਆਂ ਨੂੰ ਕਰਦਾ ਰਹੂਗਾ ਤਾਲੇ ਨੂੰ ਥਲੇ ਨੂੰ मेरी गल सुन माड़ा मोटा संभल संभल के इन्हां नाल गल बात करी नहीं तो चार पांच करके उत्ते दिखा दी फायर आपे भज जाणगे ਮੈਨੂੰ ਤੇ ਇਜਾਜ਼ਤ ਮੈਂ ਜਾਣਾ ਹੈਗਾ ਨਾ ਨਹੀਂ ਜਾਂਦਾ ਤਾਇਆ ਸਾਡੇ ਮੈਂ ਤੈਨੂੰ ਦੱਸਣਾ ਸੀਗਾ ਉਹ ਦੱਸ ਬੈਠਾ ਹੁਣ ਮੈਨੂੰ ਭਲਾਵਾ ਕਰ ਮਾਫ ਤੂੰ ਆਪੇ ਗੱਲ ਕਰ ਲੈ ਉਹਨਾਂ ਨਾਲ ਜਾ ਭੱਜ ਜਾ ਉਹ ਲੁਕਦਾ ਮੈਨੂੰ ਤੇਲ ਲੱਦੀ ਆ ਪਾਣੀ ਪੀ ਜਾਂਦਾ ਮਾੜਾ ਆ ਉਹ ਪਾਣੀ ਪੀਣ ਨੂੰ ਕੀ ਹੈ ਹਸਪਤਾਲ ਫੇਰ ਬੰਦੇ ਨਿਕਲ ਜਾਣਗੇ ਕੋਈ ਨਹੀਂ ਨਿਕਲਦੇ ਆਏ ਵੇ ਮੇਰਾ ਵੀ ਪਿਆ ਦਿੰਦਾ ਵੇ ਚੱਲ ਮਾਰ ਤੂੰ ਨਹੀਂ ਕਰਦਾ ਰਿਹਾ ਕਰ ਚੱਲ ਥੇਤੀ ਆ ਜਾ ਥੇਤੀ ਏ ਵੇ ਬਾਲੀ ਸਵਾਦ ਉਸਤਾਦ ਉਹ ਕਿਹੜਾ ਫਿਰਦਾ ਹੈ ਉਹ ਤੇਲਾ ਕੋਈ ਹੋਊਗਾ ਫਿਰਦਾ ਹੋਊਗਾ ਤਾਂ ਲਾ ਚੱਲੀਏ ਐ ਤਾਂ ਆਪਾਂ ਕਿਹੜਾ ਡਰਦੇ ਆ ਉਹ ਚੱਲ ਲੈ ਤੇ ਕੰਮ ਦੇ ਵਾਧੂ ਲੈ ਕੌਣ ਜੇ ਤੁਸੀਂ ਓਏ ਅੱਥੀ ਤੁਹਾਨੂੰ ਤਾਂ ਥਾਰਾ ਦੱਦ ਦਾ ਆਂਦਾ ਤੂੰ ਤਾਂ ਨਾ ਓਏ ਹਾਏ ਵੇ ਤੂੰ ਭੋਲੇ ਬਦਮਾਸ਼ ਨਹੀਂ ਜਾਣਦਾ ਰੁਕ ਜਾ ਕਿਹੜਾ ਭੋਲਾ ਜੀ ਆ ਤੋ ਮੈਂ ਤੇ ਰੁਕ ਜਾ ਭੱਜੀ ਨਾ ਹੁਣ ਤੂੰ ਦਿਖਾ ਦਿਖਾ ਲੈ ਤਾਲਾ ਕੱਢ ਆਪਣਾ ਪਤਲ ਮਹਾਲੇ ਦੇ ਪਿਸਤੌਲ ਤਾਂ ਕੀ ਕੱਢਾਂ ਗੋਲੀਆਂ ਤਾਂ ਘਰੇ ਭੋਲਾ ਏ ਓ ਥਾਲੇ ਲੰਡੂ ਨਾ ਹੋਂ ਤਾਂ ਮਲਵਾਤਾ ਸੀ ਨਾ ਤੁਹਾਨੂੰ ਮੈਂ ਤੋੜਾ ਕਬਜਾ ਆਪੇ ਮੈਂ ਵਾ ਪੀ ਦੇ ਅਈ ਮੈਂ ਮਾਫੀ ਦੇ ਹਾਏ ਵੇ ਭੋਲਿਆ ਮੇਰਾ ਕੀ ਬਣੂਗਾ ਵੇ ਹਾਏ ਵੇ ਤੇਰਾ ਕੀ ਬੰਨਣ ਸੀ ਮੇਰਾ ਨਹੀਂ ਕੁਛ ਬਣ ਜਾ ਜੱਸੀ ਦੁੱਧ ਦੁੱਧ ਜਲਦੀ ਪਾ ਕੇ ਲਿਆ ਮੇਰਾ ਤਾਂ ਬਲੱਡ ਘਟ ਜਾਂਦਾ ਉਹ ਮੇਰਾ ਦਿਲ ਨੂੰ ਕੁਛ ਹੋ ਜਾਂਦਾ ਜਲਦੀ ਜਾ ਉਸਤਾਦ ਜੀ ਮੈਨੂੰ ਲੱਗਦਾ ਕੱਟੀ ਨੇ ਛਾਪ ਨਹੀਂ ਖਾਧੀ ਸੀ ਮੈਂ ਤਾਂ ਨਾ ਗੋਆ ਫਰੋਲ ਫਰੋਲ ਕੇ ਥੱਕ ਗਿਆ ਫਿਲਮੀ ਦੀ ਆਈ ਪਰ ਮੈਂ ਇੱਕ ਬਾਬੇ ਨੂੰ ਜਾਣਦਾ ਉਹਦਾ ਨਾਂ ਹੈ ਘਮੱਕੜ ਦਾਸ ਆਪਾਂ ਉਹਦੇ ਕੋਲੇ ਚੱਲ ਗਏ ਉਹ ਕੱਢੂ ਕੋਈ ਹੱਲ ਕੀ ਹੈ ਨਾਂ ਉਹਦਾ ਘਮੱਕੜ ਦਾਸ ਭਲੱਕੜ ਦਾਸ ਭਲੱਕੜ ਦਾਸ ਕਿਹੜਾ ਆ ਗਿਆ ਬਾਬਾ ਚਲੋ ਬਾਬੇ ਕੋਲ ਚੱਲਦੇ ਆ ਤਾਜ ਜੀ ਉੱਠੋ ਤੁਸੀਂ ਪਹਿਲੇ ਲੰਡਕਾਰੀ ਨਾਲ ਮੈਂ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਖੜੀਆਂ ਆਪਾਂ ਉਹਨਾਂ ਨੂੰ ਜਾ ਕੇ ਬੁਲਾਉਂਦੇ ਆ ਪਤਾ ਨਹੀਂ ਕੀ ਕਹਿਣਗੀਆਂ ਚੱਲ ਦੇਖਦੇ ਆ ਜਾ ਫਿਰ ਮਿੱਠੂ ਸਿਆ ਮੈਂ ਤਾਂ ਇਹਨਾਂ ਦੀ ਕਰਾਈ ਹੈ ਥੋੜ੍ਹੀ ਜਿਹੀ ਮਦਦ ਨੀ ਮਾਰ ਪਾਥੀ ਇਹਦੇ ਚੱਕ ਇਹ ਮਾਰ ਪਾਥੀ ਚੱਕ ਇਹਦੇ ਤੂੰ ਚੰਦ ਕੌਰ ਨੂੰ ਛੇੜਦਾ ਸੀਗਾ ਕੀ ਹੋਇਆ ਵਧੀਆ ਚੰਗੀ ਪੱਤਰੀ ਬਣਾਈ ਇਹਦੀ ਤਾਂ ਇਹਨੂੰ ਫੇਰ ਵੀ ਸ਼ਰਮ ਨਹੀਂ ਆਉਂਦੀ ਹੈਗੀ ਉਹਨੂੰ ਕਹਿੰਦਾ ਆਈ ਲਵ ਯੂ ਨਾਲੇ ਕਹਿੰਦਾ ਆਹ ਚੱਕ ਅੱਖ ਤੇ ਆਹ ਚੱਕ ਚੁੰਮਾ ਇਹ ਨਹੀਂ ਪਤਾ ਜੀ ਵੀਰਵਾਰ ਕਿ ਜੁੰਮੇ ਵਾਂਗੂ ਢਾ ਲਿਆ ਮੂੰਹ ਹੀ ਮੂੰਹ ਕੁੱਟਿਆ ਕੁੱਕੜਤਾ ਚੋਰੀ ਕਰ ਲਿਆ ਆਏ ਹਾਏ ਕਿਸੇ ਨੇ ਦੇਖਿਆ ਵੀ ਨਹੀਂ ਵੇਚਣ ਨੂੰ ਤਾਂ ਜੀਵ ਨਹੀਂ ਕਰਦਾ ਚੱਲ ਕੋਈ ਨਾ ਕੋਈ ਮਿਲ ਹੀ ਜਾਊ
मैं तो ये 50 रुपये नहीं दिंदा गा। हाँ पर एक गल हैगी पर ना तेनू घाटा तो ना मैनू घाटा रुपया 250 दे सकता मैं तो एडू वध नहीं दिंदा जे देना तो दे दे चल लिया बड़ी देर ना ला पक्का हाँ हाँ पक्का पक्का चोरी चारी तो है नहीं गा ना 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 मैं ना सवाल ही नहीं पैदा होंदा चल लिया आ चक शेरा 250 रुपया ठीक है अज तो 7:30 बजे अपना प्रोग्राम आना ही आना डी डी पंजाबी ते लोग मैनू एवें कह दिंदे सी कि तेरा गाना नहीं आना अज वेखूंगा अज सारे पिंड नू खूंजे ला दूं मैं अज वेखो जे नज़ारे 7:30 बजे आना जे डी डी पंजाबी ते की आ गया अज ताया मेरा गाना 7:30 बजे आना डी डी पंजाबी ते तू आंदा हुंदा सी ना मेरा गाना नहीं टीवी ते आना अज वेखी 7:30 बजे तू अच्छा फिर मैनू की ना मिठू जगाड़ी कहना मैं भी वेखदा तेरा किवें प्रोग्राम आउंदा है टीवी दे विच जे ना लाइट बंद कराई जे भी मेरा बिजली है ਬਾਈ ਤੁਸੀਂ ਵੀ ਮੈਨੂੰ ਮਿਲ ਹੀ ਗਏ ਬਾਬਾ ਅੱਜ ਮੇਰਾ 7:30 ਵਜੇ ਟੀਵੀ ਤੇ ਪ੍ਰੋਗਰਾਮ ਆਉਣਾ ਡੀ ਡੀ ਪੰਜਾਬੀ ਤੇ ਕੋਈ ਜ਼ਰੂਰ ਦੇਖੋ ਨਾ ਬਾਈ ਕੋਈ ਗੱਲ ਨਹੀਂ ਬਾਈ ਜ਼ਰੂਰ ਠੀਕ ਆ ਬਾਈ ਚੱਜ ਨਾ ਕਿਤੇ ਹੈਲੋ ਜੈ ਰਵਿੰਦਰ ਸਿੰਘ ਬੋਲਦਾ ਜੀ ਕੁੰਡੀ ਵਾਲਾ ਹਾਂ ਚੱਲ ਠੀਕ ਆ ਮੈਂ ਸ਼ਾਮੀ ਆ ਜਾਊਂਗਾ ਤੇਰੇ ਕੋਲੇ ਪਰ ਮੇਰੀ ਗੱਲ ਸੁਣ ਇੱਕ ਮੈਂ ਪੈਗ ਪੁੱਗ ਲਾ ਕੇ ਆਊਂਗਾ ਭਰਾਵਾ ਮੂਡ ਸ਼ੂਡ ਬਣਾ ਕੇ ਔਰ ਲੋਕਾਂ ਦਾ ਕੀ ਪਤਾ ਜਦੋਂ ਜਾਦੀਆਂ ਵੀ ਵੱਜ ਗਈਆਂ ਤੇ ਚੱਲ ਪੀੜ ਪੂੜ ਤਾਂ ਨਾ ਹੋਊਗੀ ਹਾਂ ਪਊਆ ਉਹ ਚੱਲ ਲੈ ਆਊਂਗਾ ਪਊਏ ਦੀ ਕਿਹੜੀ ਗੱਲ ਕਰਦਾ ਮੈਂ ਤੇਰੇ ਵਾਸਤੇ ਵਧੀਆ ਲੈ ਆਊਂਗਾ ਨਾਲ ਲਾਲੀ ਤੂੰ ਵੀ 2 ਪੈਗ ਲਾ ਕੇ ਚੱਲ ਪੱਠੇ ਤੁਰੇ ਚੱਲਾਂਗੇ ਹਾਂ ਠੀਕ ਆ ਠੀਕ ਉਹ ਠੀਕ 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 ਆ ਚੰਗਾ ਓਕੇ 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 ਇਹ ਮੇਰੇ ਤਾਂ ਮੱਛਰ ਲੜੀ ਜਾਂਦਾ ਮੈਨੂੰ ਪਤਾ ਨਹੀਂ ਕਿੱਥੇ ਗਏ ਸਾਹਿਬ ਪਤਾ ਨਹੀਂ ਮੱਛਰਾਂ ਦੇ ਹੱਥ ਪਤਾ ਨਹੀਂ ਕੀ ਹੱਥ ਚੜਿਆ ਹੈਗਾ ਮੇਰੇ ਸਾਲੇ ਦਾ ਜਿੱਥੇ ਦੰਦੀ ਬਾਰੀ ਦਾ ਮਿਰਚ ਹੀ ਲਾ ਦਿੰਦਾ ਹਾਏ ਦੰਦੀਆਂ ਨਾਲ ਮੱਛਰ ਬੜਾ ਖਾ ਗਿਆ ਉਹ ਪਤਾ ਨਹੀਂ ਕੀ ਹੱਥ ਚ ਲਈ ਫਿਰਦਾ ਉਹ ਮੱਛਰ ਖਾ ਗਿਆ ਤੇਰੀ ਤਾਂ ਖਾ ਗਿਆ ਇੱਥੇ ਕਿਸੇ ਨੇ ਸੁਣ ਲਿਆ ਤੇ ਕਹਿੰਦਾ ਕਿ ਆਪਣੀ ਸਾਰਾ ਕੁਝ ਹੀ ਕਰ ਦੇਣਗੇ ਬੁਰਾ ਆਹੀ ਆ ਫਿਰ ਆਓ ਆਓ ਆਜੋ ਮੈਂ ਦੇਖਦਾ ਇੱਧਰ ਪਾਸੇ ਪ੍ਰੋਗਰਾਮ ਨਹੀਂ ਚੱਲਣਾ ਸੀਗਾ ਪ੍ਰੋਗਰਾਮ ਕਿੱਥੇ ਤਾਂ ਤੂੰ ਲੈਣ ਛੱਡਾ ਤੇਰੀ ਤਾਂ ਬਿਜਲੀ ਵਾਲੇ ਗਈ ਨਾਲ ਯਾਰੀ ਦੋਸਤੀ ਆ ਉਹ ਚੱਲ ਬਹਿ ਜਾ ਕਰਦੇ ਆ ਗੱਲ ਲਾ ਕੋਈ ਜਗਾੜ ਲਾਉਂਦੇ ਘਬਰਾ ਨਾ ਪਰ ਇੱਕ ਗੱਲ ਹੈ ਮੁੰਡਿਆ ਵੀ ਆਹ ਜਿਹੜੇ ਬਿਜਲੀ ਮਹਿਕਮਾ ਹੁੰਦੇ ਆ ਪੁਲਿਸ ਵਾਲੇ ਹੁੰਦੇ ਆ ਕੋਈ ਵੀ ਮਹਿਕਮਾ ਹੁੰਦਾ ਇਹ ਰਿਸ਼ਵਤ ਖੋਰੀ ਹੁੰਦੇ ਆ ਕਹਿੰਦਾ ਮਤਲਬ ਵੀ ਜਿੰਨਾ ਚਿਰ ਇਹਨਾਂ ਨੂੰ ਕੁਛ ਸਿਖਾਉਣਾ ਇਹ ਫਿਰ ਕੰਮ ਕਰਦੇ ਆ ਜੇ ਤੇਰੇ ਕੋਲ ਮੰਨ ਲਾ ਵੀ 4 ਪੈਸੇ ਹੈਗੇ ਤਾਂ ਮੈਂ ਤਾਂ ਫੋਨ ਲਾ ਦੇਣਾ ਪੱਕਾ ਫੋਨ ਲਾ ਉਹਨੂੰ ਕੋਈ ਨਾ ਆਪਾਂ ਦੇ ਦਾਂਗੇ ਉਹਨੂੰ ਓਏ ਉਹਨੂੰ ਕਿਉਂ ਦੇਣਾ ਤੂੰ ਮੈਨੂੰ ਦੇਣਾ ਆਹੋ ਫਿਰ ਤਾਂ ਆਪੇ ਕੰਮ ਬਣਨਾ ਅਰੇ ਤੂੰ ਸਿਆਣਾ ਬਹਿਣਾ ਤੂੰ ਚੱਕ ਲੈ ਕੋਈ ਨੀ ਤੂੰ ਐ ਕਰ ਤੂੰ ਜਾ ਤੇ ਤੇਰੇ ਘਰੇ ਪਹੁੰਚਦੇ ਲਾਈਟ ਆ ਜੂਗੀ ਠੀਕ ਹੈ ਚੰਗਾ ਤਾਇਆ ਆਹੋ
मेरे सारे जी मत निगाह भी घट गई मैं लगता। हेलो हाँ जी साहब जी छद दो हो गया काम पैसे वाला चढ़के 1000 रुपया तो टेबल से होगा जी मिलते आहो मैं भी अंग्रेजी सिकनी छक गया। हाँ छद दो कोई नहीं आई पैसे कमावे आप। हाँ चंगा लंगर पकांदी है खान आना ए पेकिया ने सारा दिन जदों वेखो रसोई च ही बड़ी रहिंदी मोबाइल लैके वेली बस मन खाने किसे खान कल तां मेरा टाइम नहीं लग्गिया तरीके समझाना है तुहाडे वर्गे बाबे तां वॉइस ही बन जांदे हैगे ना तां तुसीं सट्टा दे सकदे हो। मेरे कोले कल ही आया एक बंदा मैनूं कहिंदा भलांदी आपदा घर ला दे पैसे ला दे बकरी बेच दे कट्टा बेच दे कुछ बेच दे कोई तैनूं लखां रुपया दा घाटा नहीं पैंदा इन्ने पैसे आउणगे। मैं सानूं कहना सी कह दिता जे तुसीं लाउणा तां ला दो फिर ना कहो भी मिठू जगाड़ी ने कोई काम नहीं दित्ता गा। बंदा तां इह कुत्ता जिहा ही है बाबा जी सोडा सपना सच आ गया नड्डी देख कितनी सोहनी हुई है बच्चा ਕਿਵੇਂ ਗੇੜੇ ਮਾਰੇ ਬਾਬਾ ਜੀ 2-3 ਦਿਨ ਹੋ ਗਏ ਸਾਡਾ ਤਾਂ ਕੁੱਕੜ ਗੁੰਮਿਆ ਹੋਇਆ ਮਾੜੀ ਮੋਟੀ ਨਿਗਾਹ ਮਾਰੋ ਜੀ ਮਾਰਦੇ ਨਿਗਾਹ ਟੁੱਟਿਆ ਜਾਂ ਸਾਈਕਲ ਲਈ ਫਿਰਦਾ ਹੁੰਦਾ ਨਾਲ ਡੋਰੀਆਂ ਬੰਨੀ ਫਿਰਦਾ ਹੈ ਖੁੱਚ ਦਾੜੀਆ ਜਾਂ ਬੰਦਾ ਤੇਰਾ ਕੁੱਕੜ ਉਹਦੇ ਕੋਲ ਬਸ ਬਾਬਾ ਜੀ ਪਤਾ ਬਸ ਫਿਰ ਲੱਗ ਗਿਆ ਤਾਂ ਮਿੱਠੂ ਜਗਾੜੀ ਵੀ ਕੰਮ ਹਾਂ ਉਹੀ ਹੈ ਮਿੱਠੂ ਜਗਾੜੀ ਠੀਕ ਹੈ ਬਾਬਾ ਜੀ ਆਪਾਂ ਤਾਂ ਅੱਗ ਪਾਉਣ ਲੱਗੇ ਮਿੰਟ ਮਾਰੀਦਾ ਸਹੀ ਗੱਲ ਹੈ ਬਾਬਾ ਜੀ ਹੁਣ ਵੇਖੀ ਮਿੱਠੂ ਦਾ ਇੰਜਣ ਕਰਦੀ ਇਹ ਜਾ ਕੇ ਸਹੀ ਗੱਲ ਹੈ ਬਾਬਾ ਜਾਉਂਦੇ ਰਹੋ ਬੱਚਾ ਜਾਉਂਦੇ ਰਹੋ ਕਿਵੇਂ ਆਏ ਬਾਬਾ ਜੀ ਮੇਰੀ ਸੱਸ ਨੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਪਿਆ ਜੀ ਮੈਨੂੰ ਤਾਂ ਬੈਠਣਾ ਉੱਠਣਾ ਰੋਟੀ ਖਾਣਾ ਵੀ ਤੰਗ ਕੀਤਾ ਪਿਆ ਗਿਆ ਬਾਬਾ ਜੀ ਇਹੋ ਜਿਹਾ ਕੁਛ ਕਰਕੇ ਦਿਓ ਵੀ ਬਸ ਜਿਹੜਾ ਮੇਰੇ ਮੂਹਰੇ ਕੁੱਕੇ ਨਾ ਜੀ ਫਿਕਰ ਨਾ ਕਰ ਬੱਚਾ ਟਿਕਾਣੇ ਤੇ ਆ ਗਈ ਹੈ ਤੇਰੀ ਸੱਸ ਨਹੀਂ ਤੇਰੇ ਅੱਗੇ ਬੋਲਦੀ ਦੇ ਬੱਚਾ ਲੈਚੀਆਂ ਇਹ ਲੈਚੀ ਜਾੜ ਥੱਲੇ ਰੱਖਣੀ ਹੈ ਜਿਵੇਂ ਜਿਵੇਂ ਤੇਰੀ ਸੱਸ ਬੋਲੀ ਜਾਊਗੀ ਜਾੜ ਘੁੱਟੀ ਜਾਈ ਤੇਰੀ ਸੱਸ ਦੀ ਬੋਲਤੀ ਬੰਦ ਹੋ ਜਾਣੀ ਹੈ ਜਾਓ ਅਸ਼ ਕਰੋ ਜਾਓ ਜਾਉਂਦੇ ਰਹੋ ਇਹ ਜਿਹੜੀਆਂ ਸੱਸਾਂ ਹੁੰਦੀਆਂ ਨਾ ਇਹ ਨਾ ਸੱਸਾਂ ਮਾੜੀਆਂ ਹੁੰਦੀਆਂ ਨਾ ਨੌਵਾਂ ਮਾੜੀਆਂ ਹੁੰਦੀਆਂ ਜੇ ਰਲ ਮਿਲ ਕੇ ਕੰਮ ਕਰਨ ਨਾ ਕਰੇ ਤਾਂ ਬੱਚਾ ਲੜਾਈ ਪੈਂਦੀ ਨਹੀਂ ਕੀ ਤਕਲੀਫ ਹੈ ਦੱਸੋ ਬਾਬਾ ਜੀ ਅਸੀਂ ਤਾਂ ਲੁੱਟੇ ਗਏ ਸਾਡੇ ਘਰੋਂ ਛਾਪ ਗਾਇਬ ਹੋ ਗਈ ਜਰਾ ਨਿਗਾਹ ਮਾਰ ਕੇ ਦੱਸੋ ਕਿੱਥੇ ਹੈ ਬੀਬੀ ਜੀ ਬਾਬਾ ਜੀ ਜੋ ਕਹਿੰਦੇ ਆ ਹੋ ਜਾਂਦਾ ਬਾਬਾ ਜੀ ਕਰਨਗੇ ਤੁਹਾਡਾ ਮਸਲਾ ਹੱਲ ਉਹ ਬੀਬੀ ਤੇਰਾ ਮਸਲਾ ਤਾਂ ਹੱਲ ਹੋਇਆ ਹੀ ਪਿਆ ਦੱਸੀਏ ਕਿ ਨਾ ਦੱਸੀਏ ਦੱਸੋ ਬਾਬਾ ਜੀ ਦੱਸੋ ਜਦੋਂ ਤੁਹਾਡਾ ਬਜ਼ੁਰਗ ਮਰਿਆ ਸੀ
ਉਹ ਇੱਕ ਖੁੱਚ ਦਾੜੀਆ ਜਿਹਾ ਬੰਦਾ ਬੜੀਆਂ ਜੱਫੀਆਂ ਪਾ ਪਾ ਕੇ ਰੋਂਦਾ ਸੀ ਮੁਰਦੇ ਨਾਲ। ਇਹ ਉਸੇ ਦਾ ਕੰਮ ਹੈ। ਇਹ ਹੁਣ ਤੁਸੀਂ ਹਿਸਾਬ ਲਾਓ ਵੀ ਕਿਹੜਾ ਜੱਫੀਆਂ ਜਿਹੀਆਂ ਪਾ ਕੇ ਰੋਂਦਾ ਸੀ। ਓ ਬਾਬਾ ਜੀ, ਉਹ ਤਾਂ ਮਿੱਠੂ ਚਗਾੜੀ ਆ, ਉਹ ਡੇਲੜ ਗਿਆ। ਹਾਂ ਹਾਂ, ਉਹੀ ਉਹੀ। ਬਸ ਤੁਸੀਂ ਜਾਓ, ਕਰੋ ਉਹਦੀ ਸਰਵਿਸ, ਜਾ ਕੇ ਛਾਪ ਤੁਹਾਡੀ ਮਿਲ ਜਾਊਗੀ। ਬਾਬਾ ਜੀ ਭਰੇ ਪੈਨੇ ਆ, ਉਹ ਜਾਉਂਦਾ ਰਹਿ ਬਾਬੇ ਦੇ ਵਿੱਚ ਹੀ ਵੱਜਿਆ ਸੀ ਆ ਕੇ। ਬਾਬਾ ਜੀ ਬਹੁਤ ਦਿਨ ਹੋ ਗਏ ਗੇੜੇ ਕਰਦੇ ਨੂੰ, ਬਸ ਅੱਜ ਟਾਈਮ ਲੱਗਿਆ ਗਾ। ਕੀ ਹੋ ਗਿਆ? ਉਹ ਕੀ ਆ, ਉਹ ਖੁੱਜੀ ਦਾੜੀ ਵਾਲਾ ਬੰਦਾ ਮਿੱਠੂ ਜਗਾੜੀ ਦੀ ਗੱਲ ਕਰੀ ਜਾਂਦਾ। ਬਾਬਾ ਜੀ, ਬਾਬਾ ਜੀ ਪੱਟਿਆ ਗਿਆ ਉਹ ਖੁੱਜੀ ਜੀ ਦਾੜੀ ਵਾਲਾ ਬੰਦਾ ਕਹਿੰਦਾ, ਨਾਲੇ ਤਾਂ ਮੇਰੀ ਕੱਟੀ ਲੈ ਗਿਆ, ਨਾਲੇ ਮੇਰੇ ਲੈ ਗਿਆ ਪੈਸੇ। ਬਾਬਾ ਜੀ ਮੈਨੂੰ ਤਾਂ ਇੰਨਾ ਦੱਸ ਦਿਓ ਵੀ ਉਹ ਹੈ ਕਿੱਥੇ ਆ। ਬਾਬਾ ਜੀ ਕਰੋ ਕੋਈ ਆਪਾਂ, ਮੇਰੀ ਤਾਂ ਬਹੂ ਵੀ ਭੱਜਣ ਨੂੰ ਤਿਆਰ ਹੋਈ ਖੜੀ ਆ, ਕਰੇ ਕੁਛ ਹੈ ਨਹੀਂ। ਉਹ ਤਾਂ ਟਿਕਾਣਾ ਤਾਂ ਕੋਈ ਹੈ ਨਹੀਂ, ਕਿਤੇ ਨਾ ਕਿਤੇ ਜਗਾੜ ਹੀ ਲਾਉਂਦਾ ਕਰਦਾ। ਤੇ ਤੂੰ ਆਹ ਦੋ ਪਿੰਡ ਵਿਚਾਲੇ ਛੱਡ ਕੇ ਤੀਜੇ ਪਿੰਡ ਜਾਈ, ਤੂੰ ਬਸ ਉੱਥੇ ਤੇਰੀ ਕੱਟੀ ਤੇ ਉੱਥੇ ਹੀ ਤੇਰਾ ਬੰਦਾ। ਅੱਜ ਤਾਂ ਆਪਣੇ ਡੇਰੇ ਤੇ ਮੱਥਾ ਟੇਕ ਲਾ ਬਾਬਾ ਜੀ। ਬਾਬਾ ਜੀ ਰਹਿਮ ਰਹਿਮ ਤਾਂ ਤੇਰੇ ਤੇ ਗੱਲ ਹੀ ਕੀਤਾ ਮਿਲਾ ਹੈ। ਬਹਿ ਜਾ। ਹਾਏ ਬਾਬਾ, ਬਾਬਾ ਜੀ ਦੱਤਾਂ ਨੇ ਪਿਆ ਪਜਾ ਦੇ ਟੁੱਟਿਆ, ਸਾਨੂੰ ਤਾਂ ਬਹੁਤ ਕੁੱਤਿਆ, ਦੱਦੀ ਨੂੰ ਵੀ ਮੇਰੇ ਬੇਲੀ ਨੂੰ ਬਹੁਤ ਭੰਨਿਆ। ਬਾਬਾ ਜੀ ਅਸੀਂ ਤੁਹਾਡੇ ਤੋਂ ਤਾਹੀ ਆਏ ਸੀਗੇ ਵੀ ਤੁਸੀਂ ਸਾਡਾ ਕੋਈ ਨਾ ਕੋਈ ਪਾਕ ਲਵੇ। ਇੱਕ ਬੰਦਾ ਸਾਡੇ ਨਾਲ ਥੱਬੀ ਮਾਰ ਗਿਆ, ਦੱਸ ਦੱਦੀ ਤੂੰ ਦੱਸ ਹੁਣ। ਬਾਬਾ ਜੀ ਕੀ ਦੱਸੀਏ, ਸਾਡੇ ਤਾਂ ਮਾਰ ਮਾਰ ਕੇ ਲੱਲੇ ਪਾਤੇ, ਹਜੇ ਟਿੱਕੇ ਢੂਈ ਮੱਚੀ ਜਾਂਦੀ। ਬਾਬਾ ਜੀ ਕੀ ਦੱਸੀਏ, ਵਾਹਣਾਂ ਦੇ ਵਿੱਚ ਭਜਾ ਭਜਾ ਕੇ ਕੁੱਟਿਆ ਬਾਬਾ ਜੀ, ਸਾਨੂੰ ਭਜਾ ਭਜਾ ਕੇ ਕੁੱਟਿਆ। ਬਾਬਾ ਜੀ ਬਾਬਾ ਜੀ ਗੱਲ ਇਹ ਹੈ, ਅਸੀਂ ਲਈ ਸੀ ਕੱਟੀ ਮਿੱਠੂ ਜਗਾੜੀ ਤੋਂ, ਪਰ ਉਹਨੇ ਛਾਪ ਖਾਧੀ ਸੀ। ਅਸੀਂ ਤਿੰਨ ਦਿਨ ਮਗਰ ਬੈਠੇ ਰਹੇ, ਉਹਨੇ ਗੋਹਾ ਫਰੋਲ ਫਰੋਲ ਕੇ ਅਸੀਂ ਥੱਕ ਗਏ, ਪਰ ਛਾਪ ਨਹੀਂ ਸਾਨੂੰ ਖਾਈ। ਬਾਬਾ ਜੀ ਇੱਥੇ ਹੀ ਤੈਨਾ ਤੱਡੀ ਧੂਥ ਨਹੀਂ ਮਾਰਦਾ ਗਾ, ਅਸੀਂ ਤੱਤੀ ਲਈ ਸੀਗੀ ਇੱਥੇ ਮਿੱਠੂ ਦਾਰੀ ਤੋਂ, ਉਹਨੇ 5,000 ਦੀ ਲਈ ਸੀ ਬਾਬਾ ਜੀ। ਠੱਦੀ ਬਹੁਤ ਵੱਡੀ ਮਾਰ ਗਿਆ ਸਾਡੇ ਨਾਲ। ਮੈਨੂੰ ਰੱਬ ਦੀ, ਹਾਂ ਬਾਬਾ ਜੀ। ਬਾਬਾ ਜੀ ਤੁਸੀਂ ਸਾਨੂੰ ਕਿੱਥੇ ਲਾਏ ਪਾਓ ਹੁਣ? ਬੱਚਾ ਮੈਨੂੰ ਲੱਗਦਾ ਇਹਨਾਂ ਨੂੰ ਵੀ ਮਿੱਠੂ ਦੇ ਹੱਥ ਲੱਗ ਗਏ। ਸਹੀ ਗੱਲ ਆ ਬਾਬਾ ਜੀ, ਮਿੱਠੂ ਸਾਰੇ ਪਿੰਡ ਨੂੰ ਠੱਕ ਕੇ ਖਾ ਗਿਆ। ਪਤੰਦਰ ਬਖਸ਼ਦੇ ਕਿਸੇ ਨੂੰ ਨਹੀਂ। ਸਹੀ ਗੱਲ ਆ ਬਾਬਾ ਜੀ, ਤੁਸੀਂ ਜਾਓ ਫਿਰ ਮਿੱਠੂ ਜਗਾੜੀ ਦੇ ਕੋਲ, ਇਹ ਸਾਰਾ ਕੰਮ ਉਸੇ ਦਾ ਹੀ ਹੈ। ਪੱਤੀ ਤਾਲਾ ਆ ਬਾਬਾ ਜੀ? ਬਿਲਕੁਲ ਪੱਕੀ ਗੱਲ ਹੈ। ਤਾਲਾ ਦੱਦੀ ਟੱਕ ਗਿਆ ਉਹਨੂੰ। ਚੱਲ ਸਾਹ ਚੱਲ ਬਾਬਾ ਜੀ, ਚੱਲ ਬਾਬਾ ਜੀ ਲੈ ਵੀ ਭਗਤਾ। ਹਾਂਜੀ ਬਾਬਾ ਜੀ, ਅੱਜ ਮਿੱਠੂ ਦਾ ਇੰਜਣ ਜ਼ਰੂਰ ਹੋਣਾ। ਸਹੀ ਗੱਲ ਹੈ, ਸਾਡੇ ਪਤੰਦਰ ਨੇ ਕਿਸੇ ਨੂੰ ਨਹੀਂ, ਸਾਰੇ ਪਿੰਡ ਨੂੰ ਲੁੱਟ ਕੇ ਖਾ ਗਿਆ ਬਾਬਾ ਜੀ ਉਹ। ਅੱਜ ਫਿਰ ਜਿਹੜਾ ਇਹ ਚੇਲਾ ਗੱਲ ਕਹਿੰਦਾ ਨਾ, ਬਾਬਾ ਜੋ ਕਹਿੰਦਾ ਹੋ ਜਾਂਦਾ, ਅੱਜ ਸੱਚੀ ਗੱਲ ਹੋਣੀ ਹੈ ਫਿਰ। ਅੱਜ ਹੋ ਕੀ ਰਹਿਣੀ ਆ ਬਾਬਾ ਜੀ? ਕਿਹੜੀ? ਬਾਬਾ ਜੋ ਕਹਿੰਦਾ ਹੋ ਜਾਂਦਾ। ਕਿੱਧਰ ਮਰ ਗਿਆ ਮਿੱਠੂ? ਤੁਸੀਂ ਕਿਵੇਂ? ਤੇਰੇ ਚ ਲੈ ਜਾਵੇ, ਨਾਲੇ ਨਾ ਕੱਟੀ ਲੈ ਗਿਆ, ਨਾਲੇ 1100 ਲੈ ਗਿਆ, ਕੱਟੀ ਲੈ ਗਿਆ ਆਪਾਂ ਨੂੰ, ਮੇਰਾ ਗੁੱਗੜ ਲੈ ਗਿਆ, ਉਹ ਸਾਡਾ 80,000 ਰੁਪਇਆ ਲੈ ਗਿਆ। ਹੁਣ ਛਾਪ ਕਿੱਥੋਂ ਲਵਾਂਗੇ? ਭਾਜਾ ਤੂੰ ਕੰਡਾ ਜਾ ਮੇਰੇ ਨਾਲ ਦੇਖ ਲੈ ਪਹਿਲੇ ਲਿਖਕਾਰੀ ਨਾਲ। ਮੱਝ ਵੇਚ ਸਾਰਾ ਕੁਛ ਵੇਚ।
ਉਹ ਸੰਗਤ ਜੀ ਉਹ ਤੁਹਾਡੀਆਂ ਨਾ ਅੱਗੇ ਵਾਲੀ ਗੱਲ ਨਹੀਂ ਰਹਿ ਗਈ, ਬਹੁਤ ਘੱਟ ਗਈ ਹੈ ਯਾਰ, ਮੈਂ ਭੁੱਲ ਗਿਆ ਉਹ ਵਿੱਚੋਂ ਜੀਓ ਤਾਂ ਹੁਣ ਯਾਰ ਦੁੱਧ ਫੇਰ